ਪਤਾ ਨਹੀਂ ਕਿਉਂ ਕੀ ਤਬੀਅਤ ਦਾ, ਮੈਨੂੰ ਸਮਝ ਨਹੀਂ ਆ ਰਹੀ। ਰਾਤੀ 8 ਵਜੇ ਬਾਅਦ ਪਹਿਲੀ ਜੋ ਬਣਾਉਂਦੀ ਤੈਨੂੰ ਉਹ ਦਾਰੂ ਹੁੰਦੀ ਆ ਕਲੇਰੀ ਨਹੀਂ। ਟੋਪ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਜੈਲਦਾਰ ਵੱਲੋਂ ਇੱਕ ਵਾਰ ਫਿਰ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਮਿੱਤਰੋ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ੍ਹ ਸਿੱਧੂ ਮੂਸੇਵਾਲ ਦਾ ਲੁਧਿਆਣਾ ਵਿਖੇ ਲਾਈਵ ਸ਼ੋਅ ਸੀ ਅਤੇ ਇਸ ਚੱਲਦੇ ਲਾਈਵ ਸ਼ੋਅ ਵਿੱਚ ਸਿੱਧੂ ਮੂਸੇਵਾਲੇ ਨੇ ਆਪਣੇ ਦਰਸ਼ਕਾਂ ਨਾਲ ਬਹੁਤ ਹੀ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਕਈ ਹੇਟਰਸ ਦੀ ਮੰਜੀ ਵੀ ਠੋਕੀ। ਸੋ ਮਿੱਤਰੋ, ਇਸ ਚੱਲਦੇ ਲਾਈਵ ਸ਼ੋਅ ਦੌਰਾਨ ਹੀ ਉੱਥੇ ਪੁਲਿਸ ਆ ਗਈ ਅਤੇ ਪੁਲਿਸ ਨੇ ਸਿੱਧੂ ਮੂਸੇਵਾਲ ਦਾ ਸ਼ੋਅ ਬੰਦ ਕਰਵਾ ਦਿੱਤਾ ਅਤੇ ਸਿੱਧੂ ਮੂਸੇਵਾਲ ਨੇ ਆਪਣੇ ਦਰਸ਼ਕਾਂ ਤੋਂ ਮਾਫ਼ੀ ਮੰਗੀ ਅਤੇ ਕਿਹਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਕੀ ਹੁੰਦਾ ਪਿਆ ਹੈ। ਸੋ ਮਿੱਤਰੋ, ਆਓ ਤੁਹਾਨੂੰ ਵੀ ਉਸ ਵਾਇਰਲ ਹੋ ਰਹੀ ਵੀਡੀਓ ਵੱਲ ਇੱਕ ਝਾਤ ਮਰਾਉਂਦੇ ਹਾਂ ਅਤੇ ਵੀਡੀਓ ਵੱਲ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਦੇ ਹਾਂ ਕਿ ਜੇ ਤੁਸੀਂ ਵੀ ਸਿੱਧੂ ਮੂਸੇਵਾਲ ਨੂੰ ਕਰਦੇ ਹੋ ਦਿਲੋਂ ਪਿਆਰ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਸੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਹਾਂ ਵੀਡੀਓ ਵੱਲ। ਸੌਰੀ ਭਾਈਆ, ਅੱਜ ਵੀ ਸੌਰੀ ਭਾਈਆ, ਪਤਾ ਨਹੀਂ ਕਿਉਂ ਕੀ ਤਬੀਅਤ ਦਾ, ਮੈਨੂੰ ਸਮਝ ਨਹੀਂ ਆ ਰਹੀ। 10 ਵਜੇ ਦਾ ਟਾਈਮ ਸੀ, 10:15 ਹੋ ਗਏ, ਕਹਿੰਦੇ ਚਲੋ ਕੋਈ ਗੱਲ ਨਹੀਂ, ਪਰ ਪਿਕਚਰ ਵੀ ਬਾਕੀ ਹੈ ਮੇਰੇ ਦੋਸਤ। ਹਾਂਜੀ ਮਿੱਤਰੋ, ਜੇ ਤੁਸੀਂ ਕਰਦੇ ਹੋ ਸਿੱਧੂ ਮੂਸੇਵਾਲ ਨੂੰ ਦਿਲੋਂ ਪਿਆਰ ਤਾਂ ਵੀਡੀਓ ਥੱਲੇ ਇੰਨੇ ਕਮੈਂਟ ਲਿਖ ਦਿਓ ਕਿ ਸਿੱਧੂ ਮੂਸੇਵਾਲ ਦੇ ਹੇਟਰਸ ਦੇਖਣ ਕਿ ਸਿੱਧੂ ਮੂਸੇਵਾਲਾ ਅਜੇ ਨਹੀਂ ਦੱਬਦਾ। ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ, ਤਦ ਤੱਕ ਦੇਖਦੇ ਰਹੋ ਟੋਪ ਪੰਜਾਬ ਟੀਵੀ।